ਲੈ ਵੀ ਅੱਜ ਤਿਆਰੀਆਂ ਆਪਾਂ ਕੀਤੀਆਂ ਵਾ ਅਸੀਂ ਚੱਲੇ ਹਾਂ ਆਸਟ੍ਰੇਲੀਆ ਦੀ ਗ੍ਰੇਟ ਓਸ਼ੀਅਨ ਡਰਾਈਵ ਦੇ ਉੱਤੇ ਡਾਲਰ ਬਹੁਤ ਹੈ ਅਤੇ ਗੱਡੀਆਂ ਸਾਡੀਆਂ ਰੈਡੀ ਆ ਸਾਰੀਆਂ ਆਹ ਵੇਖੋ ਇੱਥੇ ਸਮਾਨ ਵਿੱਚ ਫੁੱਲ ਭਰਿਆ ਪਿਆ ਵਾ ਆਹ ਵੇਖੋ ਅੱਜ ਅਸੀਂ ਗ੍ਰੇਟ ਓਸ਼ੀਅਨ ਡਰਾਈਵ ਵੇਖਣੀ ਆ ਅਤੇ ਐਡੀਲੇਡ ਤੋਂ 6.5 ਘੰਟੇ ਦੂਰ ਆ ਟਾਊਨ ਦਾ ਨਾਂ ਹੈਗਾ ਵਾ ਪੋਰਟਲੈਂਡ ਅਤੇ ਮੈਨੂੰ ਲੱਗਦਾ ਸਿਆਲ ਦਾ ਆਪਣਾ ਪਹਿਲਾ ਟ੍ਰਿਪ ਆ ਇਹ ਅਤੇ ਆ ਜਾਓ ਤੁਹਾਨੂੰ ਵਿਖਾਉਂਦੇ ਆ ਸਾਰੇ ਜਣੇ ਡਰਾਈਵੇ ਅਤੇ ਕੀ ਹਿਸਾਬ ਕਿਤਾਬ ਆ ਉੱਥੇ ਉੱਥੇ ਦਾ ਮਾਹੌਲ ਕੀ ਚੱਕਰ ਪੈ ਗਿਆ ਵਾ ਇਹ ਤਾਂ ਹੈ ਹੀ ਜ਼ੀਰੋ ਵਾਲੀ ਆਲੇ ਕੋਲ ਵੀ ਫੜ ਰੋਡ ਦੇ ਸਾਈਡ ਤੇ ਖੜ ਗਏ ਆਪਾਂ ਬਰਫ ਰੋਡ ਦੇ ਸਾਈਡ ਤੇ ਖੜ ਗਏ ਆਪਾਂ ਭਾਜੀ ਹੋਰ ਕੀ ਬੋਲਾਂ ਬਰਫਾਂ ਪਾ ਰਹੇ ਠੰਡ ਬਹੁਤ ਹੈ ਲਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਆਪਾਂ ਪਹੁੰਚ ਗਏ ਹਾਂ ਪੋਰਟਲੈਂਡ ਪਹਿਲਾ ਦਿਨ ਅੱਜ ਇੱਥੇ ਅਤੇ ਜਾਣ ਦਾ ਪ੍ਰੋਗਰਾਮ ਤਾਂ ਸਾਡਾ ਬੜੇ ਥਾਵਾਂ 'ਤੇ ਸੀ ਪਰ ਚੱਕਰ ਇਹ ਆ ਗਿਆ ਕਿ ਮੀਂਹ ਪੈ ਗਿਆ ਹੁਣ ਮੀਂਹ ਬਹੁਤ ਜ਼ਿਆਦਾ ਪੈਂਦਾ ਜਿਹੜਾ ਤੁਸੀਂ ਵੇਖ ਲਓ ਆਹ ਵੇਖੋ ਅਸੀਂ ਜਾਣਾ ਤਾਂ ਹੈਗਾ ਸੀ ਗ੍ਰੇਟ ਓਸ਼ੀਅਨ ਰੋਡ 'ਤੇ ਪਰ ਹੁਣ ਸਾਨੂੰ ਡਿਲੇ ਕਰਨਾ ਪੈਣ ਡਿਆ ਆਪਣਾ ਟ੍ਰਿਪ ਹੋਪਫੁਲੀ ਮੀਂਹ ਹਟ ਜੇ ਜੇ ਤਾਂ ਹਟ ਗਿਆ ਫਿਰ ਚੱਲਾਂਗੇ ਅਤੇ ਵੇਖੋ ਬੜਾ ਪੁਰਾਣਾ ਸ਼ਹਿਰ ਆ ਇਹ ਠੀਕ ਆ ਮਾਹੌਲ ਬੜਾ ਵਧੀਆ ਜੀ ਅਤੇ ਬਿੱਲਾ ਭਾ ਆ ਗਿਆ ਮੈਲਬਨ ਤੋਂ ਬਿੱਲੇ ਭਾ ਮਾੜਾ ਕਹਿ ਹੈਲੋ ਬਿੱਲਾ ਭਾ ਪਹੁੰਚ ਗਿਆ ਮੈਲਬਨ ਤੋਂ ਮੈਲਬਨ ਤੋਂ ਵਿਕਟ ਮੈਲਬਨ ਤੋਂ ਮੈਲਬਨ 'ਚ ਹੀ ਆਇਆ ਬਿੱਲਾ ਭਾ 4 ਘੰਟਿਆਂ 'ਚ ਤਾਂ ਅਸੀਂ ਐਡੀਲੇਡ ਤੋਂ ਪਹੁੰਚੇ ਪੋਰਟਲੈਂਡ ਬਹੁਤ ਹੀ ਸੋਹਣਾ ਸ਼ਹਿਰ ਆ ਗਰੀਨਰੀ ਬਹੁਤ ਜ਼ਿਆਦਾ ਆ ਗਾਈਆਂ ਮੱਝਾਂ ਇੱਥੇ ਬਹੁਤ ਜ਼ਿਆਦਾ ਲੋਕ ਡੇਅਰੀ ਫਾਰਮਿੰਗ ਕਰਦੇ ਆ ਆਹ ਬੰਦੇ ਵੀ ਤਿਆਰ ਹੋ ਕੇ ਸਵੇਰੇ ਹੀ ਬੈਠੇ ਆ ਕਿ ਸੁੱਤੇ ਹੀ ਏਦਾਂ ਹੀ ਸੁੱਤੇ ਹੀ ਏਦਾਂ ਹੀ ਇੱਧਰ ਆ ਕੁਝ ਬੰਦੇ ਮੀਡੀਆ ਚੱਲਣ ਡੀਆਂ ਤਿਆਰ ਹੋਈ ਜਾਂਦੀਆਂ ਜਿਵੇਂ ਨਿੱਕੀ ਬਰਾਤੀ ਲੈ ਕੀ ਕਰਨ ਡੇ ਰਹੇ ਹੋਏ ਕੀ ਕਰਨ ਡੇ ਜੇ ਉਹ ਕੋਈ ਚਾਹ ਚੂ ਵੀ ਪਿਆ ਦੋ ਕਿ ਨਹੀਂ ਸਵੇਰੇ ਸਵੇਰੇ ਠਾਤਾ ਜੇ ਆਹ ਚੂ ਆ ਇਹਦਾ ਫਿਰ ਬਣਾ ਦੋ ਰਾਤ ਨੂੰ ਸੁੱਤੇ ਲੇਟ ਪਹੁੰਚੇ ਇੱਥੇ ਤੇ ਬੰਦੇ ਹੁਣ ਉੱਠਣ ਨਹੀਂ ਡੇ ਚਾਹ ਨਹੀਂ ਪਿਆਉਣ ਡੇ ਤੇ ਉਹ ਸਾਰਾ ਹੈਗਾ ਵਾ ਰੋਡ ਗ੍ਰੇਟ ਓਸ਼ੀਅਨ ਰੋਡ ਉਹ ਸ਼ੁਰੂ ਹੋ ਜਾਂਦਾ ਉੱਥੋਂ ਕਿਆ ਬਾਤ ਆ ਕਿਆ ਬਾਤ ਆ ਲਓ ਜੀ ਬਿੱਲਾ ਭਾ ਸਾਡਾ ਪਹੁੰਚਿਆ ਵਾ ਮੈਲਬਨ ਤੋਂ ਕਿੱਦਾਂ ਦਾ ਰਿਹਾ ਰਾ ਸਤਿ ਸ਼੍ਰੀ ਅਕਾਲ ਮਾਮਾ ਬੀਅਰ ਰਾਤ ਪੀਤੀ ਸੀ ਹੁਣ ਕੌਫੀ ਦਾ ਜ਼ਮਾਨਾ ਵਾ ਕਿੱਦਾਂ ਕੀ ਗੱਲਾਂ ਕਰਦਾ ਏ ਮੈਂ ਕਹਿੰਦਾ ਜੇ ਤੁਰ ਪੀਏ ਬਾਈ ਤੁਰ ਕੇ ਜਾਣਾ ਮੈਂ ਤਾਂ ਨਾ ਗੱਡੀ 'ਤੇ ਚੱਲੀਏ ਮੌਸਮ ਸਾਫ਼ ਹੋ ਗਿਆ ਵਾ ਤੁਸੀਂ ਭਾਜੀ ਵੀਰਾਂ ਚੱਕੀਆਂ ਵਾ ਭੈਣ ਮੈਂ ਕੌਫੀ ਪੀਣ ਡਿਆ ਤੂੰ ਐਂ ਤਾਂ ਤੂੰ ਪੰਜਵੀਂ ਛੇਵੀਂ ਕੌਫੀ ਪੀਣ ਪਹਿਲੀਆਂ ਜਿਹੜੀਆਂ ਚਾਰੋਂ ਮੈਂ ਟੈਸਟ ਕੀਤੀ ਵੀ ਹੈ ਕੌਫੀ ਕਿੱਦਾਂ ਦੀ ਅਸਲ 'ਚ ਜਿਹੜੀ ਪੰਜਵੀਂ ਕੌਫੀ ਉਹ ਸਹੀ ਬਣੀ ਹੁਣ ਕੀ ਕਰੀਏ ਹੁਣ ਹੁਣ ਆਪਾਂ ਨਿਕਲੀਏ ਮੈਂ ਕਹਿੰਦਾ ਨਿਕਲੀਏ ਮੈਂ ਨਾ ਵਾਰਨ ਬੋਲ ਕਿਹਦੇ ਨਾਲ ਨਿਕਲਣਾ ਨਿਕਲ ਜਾਣਾ ਭਾਬੀ ਸਵੇਰ ਦਾ ਨਾਸ਼ਤਾ ਅੱਜ ਚੱਲੂਗਾ ਕਿ ਨਹੀਂ ਪਰੌਂਠੇ ਪਰੌਂਠੇ ਲੱਥਣ ਡਿਆ ਆ ਕੀ ਆ ਦਾਲ ਬਚ ਗਏ ਨੇ ਯਾਰੇ ਤੇਰੇ ਮੱਥਾ ਡੰਮਣ ਡਈ ਆ ਤੇ ਮੈਂ ਨਾ ਫਿਰ ਆਪਾਂ ਕਰੀਏ ਕੰਮ ਚਾਲੂ ਦੂਜਾ ਕਿਹੜਾ ਬੈਗ ਲਾ ਲਈਏ ਉਹ ਜਗਾੜ ਲੱਭੂਗਾ ਲੱਭਣਾ ਪੈਣਾ ਵਾ ਅੱਜ ਕਹਿੰਦੇ ਵੀ ਰਾਤ ਨੂੰ ਅਥਰੇ ਹੋਣਾ ਹੀ ਥੋੜਾ ਜਿਹਾ ਆਹੋ ਯਾਦਾਂ ਹੀ ਛੱਡਣੀਆਂ ਨਾ ਮਟਰਾਂ ਦੇ ਰਹਿਮ ਕਰ ਮਟਰ ਖਾ ਕੇ ਪਾਣੀ ਪੀਣ ਡੀ ਨਾ ਉਤੋਂ
ਰਾਤ ਨੂੰ ਦਾਰੂ ਤੇ ਸਿਰੇ ਸਵੇਰੇ ਪਾਣੀ ਦੋ ਦੋ ਗੁੱਤਾਂ ਵਾਲੀਆਂ ਸਾਰੀਆਂ ਕਰ ਛੱਡੀਆਂ ਤੂੰ ਬਾਹਰ ਬਹਿਣ ਦਾ ਨਜ਼ਾਰਾ ਬੜਾ ਆਉਣਾ ਸਿਰ ਸਿਰ ਤੇ ਪਤਾ ਨੀ ਲੱਗਣ ਡਿਆ ਕੁਛ ਮੀਂਹ ਹਟ ਗਿਆ ਆਪਾਂ ਹੁਣ ਇੱਥੇ ਜਾਣਾ ਵਾ ਸਾਡਾ ਇਰਾਦਾ ਜਾਣ ਦਾ ਆਸਟ੍ਰੇਲੀਆ ਦੀ ਬੜੀ ਫੇਮਸ ਆ ਗ੍ਰੇਟ ਓਸ਼ੀਅਨ ਡਰਾਈਵ ਲੋਕੀ ਬੜੀ ਦੂਰੋਂ ਦੂਰੋਂ ਇੱਥੇ ਆਉਂਦੇ ਆ ਇੱਕ ਬੰਨੇ ਸਮੁੰਦਰ ਆ ਦੂਜੇ ਬੰਨੇ ਪਹਾੜ ਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਵੀ ਤੇ ਬਹੁਤੇ ਜ਼ਿਆਦਾ ਸੋਹਣੇ ਟਾਊਨ ਆ ਕੰਟੇਨਰ ਇਥੋਂ ਮੈਂ ਟਰੱਕਾਂ ਦੇ ਲੋਡ ਕਰਕੇ ਚਲੋ ਜੀ ਲੋ ਵੀ ਸੈਕਿੰਡ ਡੇ ਦੀ ਹੋ ਗਈ ਆ ਤਿਆਰੀ ਤੇ ਬੰਦੇ ਸਾਡੇ ਆ ਬਿਲਕੁਲ ਰੈਡੀ ਰੈਡੀ ਟੂ ਗੋ ਗਾਇਸ ਅੱਜ ਜਿੰਨੇ ਜੀਭਾਂ ਆਪਣੀਆਂ ਲਿਆਂਦੀਆਂ ਨਾ ਇਹ ਟ੍ਰਿਪ ਤੇ ਉਹ ਜੀਭਾਂ ਆਪੂ ਆਪਣੀਆਂ ਬਚਾ ਕੇ ਰੱਖਣ ਆ ਬੱਲੀ ਭਾ ਵੇਲਾ ਸੇਵਾ ਕਰਨ ਡੇ ਬੀਰਾਂ ਦੀ ਹਰ ਇੱਕ ਗੱਡੀ ਚ ਇੱਕ ਇੱਕ ਬੀਅਰ ਰੱਖਣ ਡਿਆ ਵਾ ਬੱਲੀ ਭਾ ਸਾਡੀ ਉੱਚ ਵੀ 2000 ਬੀਅਰ ਰੱਖਦੇ ਮਜਾਇਲ ਚ ਰੱਖਦੇ ਭਰਾਵਾ ਹਾਂ ਇੱਕ ਬੱਲੇ ਤੇ ਸੜਕ ਤੇ ਬੀਅਰ ਕਿੰਨੇ ਰਾਤੀ ਆ ਆ ਲੈ ਮੈਂ ਚੁੱਕ ਲਈ ਆ ਸਾਊ ਬੰਦੇ ਨੇ ਕਿਉਂਕਿ ਡੁੱਲ ਜਾਣੀ ਸੀ ਸੜਕ ਤੇ ਮੈਂ ਬਚਾ ਲਈ ਆ ਆਹੋ ਪਹਿਲੇ ਦਿਨ ਦੀ ਸ਼ੁਰੂਆਤ ਬਿਲਕੁਲ ਬੀਅਰ ਦੇ ਨਾਲ ਬਿਲਕੁਲ ਜੀ ਬਿੱਲੇ ਉਹ ਬੱਸ ਸਟਾਪ ਹੀ ਉਧਰ ਵੇ ਸੀਟ ਤੱਕ ਹੋਇਆ ਹੀ ਨਹੀਂ ਉੱਤੇ ਸੀਟ ਇਹਨਾਂ ਨੇ ਲਾ ਲਈ ਆਪਣੇ ਬੰਦਿਆਂ ਦੇ ਮੈਂ ਕਿਹਾ ਨਾ ਪਹਿਲੇ ਦਿਨ ਦੀ ਸ਼ੁਰੂਆਤ ਸਾਡੀ ਬੀਅਰ ਅਨਾਜ ਚੱਲੇ ਆਪਾਂ ਵਾਰਮ ਭੂਲ ਗਰਮ ਗਰਮ ਜਗ੍ਹਾ ਗਰਮ ਪੂਲ ਝੂਠ ਨੀ ਬੋਲਣ ਡਿਆ ਆ ਵੇ ਸੜਕਾਂ ਦੇ ਇੱਧਰ ਵੇਖੋ ਸੜਕਾਂ ਦੇ ਖਲੋ ਖਲੋ ਕੇ ਫੋਟੋਆਂ ਆ ਲੈ ਪੈ ਗਈਆਂ ਲੜਾਈਆਂ ਸੜਕਾਂ ਦੇ ਖਲੋ ਕੇ ਫੋਟੋਆਂ ਇਹਨਾਂ ਥੱਲੇ ਆ ਜਾਣਾ ਇਹਨਾਂ ਲੋਕਾਂ ਨੇ ਅੰਗੂਰਾਂ ਦੀਆਂ ਵੇਲਾਂ ਹੀ ਆ ਸਾਰੀਆਂ ਵੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਪਵਿਲੀਅਨ ਜਿਹੜਾ ਹੈਗਾ ਵਾ ਵਾਰਨਬੂਲ ਵਿਕਟੋਰੀਆ ਗ੍ਰੇਟ ਓਸ਼ੀਅਨ ਡਰਾਈਵ ਤੇ ਆਹ ਜਿਹੜਾ ਸਾਰਾ ਏਰੀਆ ਵਾ ਦਿਖਾਉਂਦੇ ਆ ਤੁਹਾਨੂੰ ਆ ਲਓ ਆਜੋ ਸਾਰਾ ਬ੍ਰਿਜ ਆਏ ਇਹ ਗ੍ਰੇਟ ਓਸ਼ੀਅਨ ਡਰਾਈਵ ਦੀ ਸਟਾਰਟ ਆ ਇੱਥੋਂ ਗ੍ਰੇਟ ਓਸ਼ੀਅਨ ਡਰਾਈਵ ਸਟਾਰਟ ਹੋ ਜਾਂਦੀ ਹੈ ਸਾਰੀ ਅਤੇ ਉੱਧਰ ਮੈਨੂੰ ਲੱਗਦਾ ਆਪਣਾ ਭਾਰਤ ਆ ਮਹਾਨ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਉਹਦੇ 'ਚ ਪਰ ਉੱਧਰ ਹੈਗਾ ਵਾ ਇੱਧਰ ਆਵੇ ਸਾਰੀਆਂ ਗੱਡੀਆਂ ਲੱਗੀਆਂ ਅਤੇ ਉਹ ਰੋਡ ਜਿਹੜਾ ਉਹ ਗ੍ਰੇਟ ਓਸ਼ੀਅਨ ਡਰਾਈਵ ਹੀ ਆ ਉਹੜਾ ਪਿੱਛੇ ਉੱਥੋਂ ਸ਼ੁਰੂ ਹੋ ਜਾਣਾ ਅਤੇ ਬੱਸ ਇੱਥੋਂ ਵਾਲਾ 250 ਕਿਲੋਮੀਟਰ ਲੰਬੀ ਹੈ ਇਹ ਅਤੇ ਮੁੱਕਦੀ ਆ ਜਾ ਕੇ ਤਕਰੀਬਨ ਜਲੌਂਗ ਤੋਂ ਇੱਕ ਸ਼ਹਿਰ ਪਹਿਲਾਂ ਆਉਂਦਾ ਉਹਦਾ ਨਾਂ ਹੈਗਾ ਵਾ ਆਪਣਾ ਟਰਕੀ ਹਾਂ
ਬਿੱਲਾ ਮੈਲਬਨ ਤੋਂ ਆ ਪਹੁੰਚੀ ਆ ਇੱਥੇ ਸੰਗਤ ਨਿਆਣੇ ਸੰਗਤ ਪਹੁੰਚੀ ਆ ਕਰੋ ਇਸ਼ਨਾਨ ਵਿਸਾਖੀ ਆ ਕਰਦੇ ਕਿ ਪੰਜ ਪੰਜ ਇਸ਼ਨਾਨਾਂ ਨਾਲ ਹੀ ਸਾਰਨਾ ਟਾਈਮ ਨਹੀਂ ਕਰਨਾ ਕਰੋ ਇਸ਼ਨਾਨ ਉਹ ਸਿਰੇ ਤੇ ਜਾ ਕੇ ਕਰਦੇ ਆ ਨਾ ਇੱਥੇ ਭਾਈ ਮੇਰਾ ਤਾਂ ਕਿਹਾ ਉਹ ਆਇਰ ਲੈਣ ਦੇ ਆਪਾਂ ਜਾਈਏ ਤੁਹਾਡਾ ਕੀ ਖਿਆਲ ਹੈ ਉਹਦੇ ਬਾਰੇ ਵਾਟਰ ਸ਼ੈਲ ਹੋਈ ਇੱਥੇ ਦੀ कुदरत आ सब पानी ना बनिया हुई वे पानी दे नाल पानी ने सारा कुछ घसाता वा ते इहदे नाल आ बन गईआं वा देखो जी क्या कुदरत का नज़ारा वा आ वा वारनबूल हैवन आंदे आ स्वर्ग आ धरती दे उत्ते बहुत सोहना क्या बातां किहे टाइम दे उत्ते ना आ टाउन ਇੱਥੇ ਇਹ ਬਹੁਤ ਸਮਾਨ ਬੋਲ ਨਾ ਤੇ ਉੱਥੋਂ ਟ੍ਰੇਨ ਦੇ ਉੱਤੇ ਮੈਂ ਗੱਲ ਕਰ ਰਿਹਾ 250 ਸਾਲ ਪੁਰਾਣੀ ਉਦੋਂ ਟਰੈਕਾਂ ਦੇ ਨਾਲ ਉੱਥੋਂ ਸਮੁੰਦਰੀ ਜਿਹੜਾ ਸ਼ਿਪਾਂ ਦਾ ਸਮਾਨ ਆਉਂਦਾ ਸੀ ਲੰਡਨ ਜਾਂ ਹੋਰ ਯੂਰਪ ਤੋਂ ਨਾ ਉਹ ਭਾਜੀ ਇਹਨਾਂ ਟ੍ਰੇਨਾਂ ਦੇ ਟਰੈਕਾਂ ਦੇ ਨਾਲ ਖੜਦੇ ਟਰਾਂਸਪੋਰਟ ਉਹਨਾਂ ਕਰਦੇ ਉੱਥੇ ਤੇ ਉੱਥੋਂ ਅੱਗੇ ਗਾਂਹ ਜਾਂਦਾ ਸੀ ਟ੍ਰੇਨਾਂ ਉਹ ਅੱਗੇ ਆਊਗਾ ਤੁਹਾਨੂੰ ਪਹੁੰਚ ਗਏ ਆਪਾਂ ਇਹਨੂੰ ਆਂਦੇ ਆ ਸਟਿੰਗਰ ਬੇ ਸਟਿੰਗੀ ਬੇ ਇੱਧਰ ਜਾਣਾ ਵਾ ਗੋਪੀ ਸਾਈਡ ਤੇ ਹੋ ਲਓ ਜੀ ਇਹਨੂੰ ਕਹਿੰਦੇ ਆ ਸਟਿੰਗੀ ਬੇ ਬੜੀ ਫੇਮਸ ਜਗ੍ਹਾ ਹੈ ਇੱਥੇ ਮੇਲੇ ਮੂਲੇ ਵੀ ਲੱਗਦੇ ਕਈ ਆ ਟਾਊਨ ਦੇ ਵਿੱਚ ਨਾ ਬਹੁਤ ਨਹੀਂ ਗਰਮੀਆਂ 'ਚ ਇੱਥੇ ਮੇਲੇ ਲੱਗਦੇ ਛੋਟੇ ਛੋਟੇ ਜਿੱਦਾਂ ਆਪਣੇ ਉਹ ਲੱਗਾ ਨਹੀਂ ਉੱਥੇ ਫਰੈਂਜ ਇੱਦਾਂ ਹੀ ਇੱਥੇ ਵੀ ਬਹੁਤ ਲੱਗਦੇ ਇਹਨਾਂ ਜਗ੍ਹਾ ਦੇ